ਪੰਜਾਬ ਦੇ ਜਲਾਲਾਬਾਦ ਵਿੱਚ ਬੀਤੀ ਰਾਤ ਇੱਕ ਭਿਆਨਕ ਹਾਦਸਾ ਹੋ ਗਿਆ ਜਿਸ ਵਿੱਚ ਬਾਈਕ ਅਤੇ ਉਸ ਦੇ ਸਵਾਰ ਸ਼ਖਸ ਦੋਨਾਂ ਦੇ ਪਰਖਾ ਝੁੱਟ ਗਏ। ਬਾਅਦ ਵਿੱਚ ਸ਼ਖਸ ਦੀ ਹਸਪੀਟਲ ਵਿੱਚ ਇਲਾਜ ਦੇ ਦਰਮਿਆਨ ਮੌਤ ਹੋ ਗਈ ਹੈ। ਮੁੱਢਲੀ ਜਾਣਕਾਰੀ ਵਿੱਚ ਸਾਹਮਣੇ ਆਇਆ ਕਿ ਇਹ ਧਮਾਕਾ ਬਾਈਕ ਦੀ ਪੈਟਰੋਲ ਦੀ ਟੈਂਕੀ ਵਿੱਚ ਹੋਇਆ ਹੈ, ਲੇਕਿਨ ਇਸ ਦੀ ਵਜ੍ਹਾ ਅਜੇ ਤੱਕ ਸਾਫ਼ ਪਤਾ ਨਹੀਂ ਚੱਲ ਪਾਈ ਹੈ। ਬਾਈਕ ਦਾ ਪੈਟਰੋਲ ਟੈਂਕ ਫਟਣ ਦਾ ਇਹ ਮਾਮਲਾ ਜਲਾਲਾਬਾਦ ਦੇ ਵਿੱਚ ਪੰਜਾਬ ਨੈਸ਼ਨਲ ਬੈਂਕ ਦੇ ਨਜ਼ਦੀਕ ਦਾ ਹੈ। ਧਮਾਕਾ ਇੰਨਾ ਤੇਜ਼ ਸੀ ਕਿ ਜਿਸ ਸ਼ਖਸ ਦੀ ਜਾਨ ਗਈ ਹੈ ਉਹ ਫਿਰੋਜ਼ਪੁਰ ਦਾ ਰਹਿਣ ਵਾਲਾ ਸੀ। ਪੁਲਿਸ ਨੂੰ ਜਾਣਕਾਰੀ ਮਿਲੀ ਹੈ ਕਿ ਉਸਦੀ ਉਮਰ 22 ਸਾਲ ਦੀ ਸੀ ਅਤੇ ਉਹ ਕਿਸੇ ਰਿਸ਼ਤੇਦਾਰ ਦੇ ਘਰ ਵਾਪਸ ਆ ਰਿਹਾ ਸੀ। ਮੌਕੇ 'ਤੇ ਪਹੁੰਚੀ ਪੁਲਿਸ ਇਸ ਐਂਗਲ ਤੋਂ ਵੀ ਜਾਂਚ ਕਰ ਰਹੀ ਹੈ ਕਿ ਇਹ ਬੰਬ ਧਮਾਕਾ ਸੀ ਜਾਂ ਮੋਟਰਸਾਈਕਲ ਦੀ ਪੈਟਰੋਲ ਟੈਂਕੀ ਵਿੱਚ ਹੀ ਅੱਗ ਲੱਗੀ ਸੀ। ਫਿਲਹਾਲ ਪੁਲਿਸ ਇਹਨਾਂ ਦੋਨਾਂ ਪਹਿਲੂਆਂ ਦੇ ਆਧਾਰ 'ਤੇ ਬਰੀਕੀ ਦੇ ਨਾਲ ਤਫਤੀਸ਼ ਕਰ ਰਹੀ ਹੈ। ਮੇਰਾ ਨਾਮ ਹੈ ਜੋਤੀ, ਮੈਂ ਪਿੰਡ ਧਰਮੂ ਵਾਲੇ ਦੀ ਰਹਿਣ ਵਾਲੀ ਹਾਂ। ਫਿਰੋਜ਼ਪੁਰ ਤੋਂ ਇੱਥੇ ਵਿਆਹੀ ਹੋਈ ਸਰ। ਇਹ ਜਿਹੜਾ ਮੁੰਡਾ ਸੀਗਾ ਮੇਰੇ ਮਾਮੇ ਦਾ ਮੁੰਡਾ, ਇਹ ਫਿਰੋਜ਼ਪੁਰ ਦੇ ਰਹਿਣ ਵਾਲਾ ਆ, ਪਿੰਡ ਨਿੰਗਾ ਵਾਲੇ ਚੁੱਕਿਆਂ ਦਾ। ਸਰ ਇਹ ਫੋਨ ਕੀਤਾ ਨਹੀਂ, ਇਹਨੇ ਮੇਰੇ ਵੱਲ ਲਾਣ ਲੱਗਿਆ, ਮੈਨੂੰ ਪਤਾ ਨਹੀਂ ਸੀ ਸਰ। ਸਾਨੂੰ ਤਾਂ ਇੱਥੋਂ ਫੋਨ ਗਿਆ ਸਰ, ਸਾਨੂੰ ਪਤਾ ਹੁੰਦਾ ਨਾ ਵੀ ਆਉਂਦੇ ਪਏ ਸਰ, ਅਸੀਂ ਕੋਈ ਨਾ ਕੋਈ ਪਤਾ ਲਈ ਰੱਖਦੇ ਫੋਨ 'ਤੇ ਵੀ ਇੰਨੀ ਲੇਟ ਆਈ ਜਾਂਦੇ ਨੇ ਸਰ। ਬਾਕੀ ਸਾਨੂੰ ਪਤਾ ਨਹੀਂ ਵੀ ਕੀ ਤੁਹਾਡੇ ਕੋਲੋਂ ਕਿੰਨੇ ਵਜੇ ਆਏ ਹੈ। ਸਾਡੇ ਕੋਲੋਂ ਨਹੀਂ ਆਏ ਸਰ, ਅਸੀਂ ਫਿਰੋਜ਼ਪੁਰੋਂ ਆ ਰਹੇ ਸੀ। ਤੁਹਾਨੂੰ ਕਿੱਦਾਂ ਪਤਾ ਲੱਗਾ ਵੀ ਇਹ ਮੇਰੇ? ਸਾਨੂੰ ਇੱਥੋਂ ਫੋਨ ਗਿਆ ਹੁਣ ਫੋਨ ਗਿਆ। ਹਾਂਜੀ, ਮੈਂ ਮੁੰਡੇ ਦਾ ਅਕਸਰ ਐਕਸੀਡੈਂਟ ਹੋ ਗਿਆ ਵੀ ਇਸ ਤਰ੍ਹਾਂ ਦਾ ਮੁੰਡਾ ਹੈਗਾ। ਇਹ ਇੱਕ ਮੋਟਰਸਾਈਕਲ ਸਵਾਰ ਜਿਹੜਾ ਸੀਗਾ, ਜਿਹੜੇ ਚਸ਼ਮਦੀਨ ਗਵਾਹ ਉੱਤੇ ਦੁਕਾਨਦਾਰ ਹੈਗੇ ਆ PNB ਬੈਂਕ ਕੋਲ, ਉਹਨਾਂ ਨੇ ਦੱਸਿਆ ਵੀ ਉਹ ਮੋਟਰਸਾਈਕਲ 'ਤੇ ਜਾ ਰਹੇ ਸੀ ਅਤੇ ਇੱਕਦਮ ਜਿਹੜੀ ਹੈਗੀ ਆ ਅੱਗੇ ਤੇਲ ਵਾਲੀ ਟੈਂਕੀ ਹੈਗੀ ਆ, ਉੱਥੋਂ ਜਿਹੜੀ ਅੱਗ ਦੀ ਲਾਟ ਨਿਕਲੀ, ਜਿਹਦੇ ਨਾਲ ਉਹ ਸਾਰਾ ਹੀ ਬੰਦਾ ਜਿਹੜਾ ਸੀ ਉਹ ਝੁਲਸਿਆ ਗਿਆ ਅਤੇ ਜਿਹੜਾ ਕਾਫੀ ਇੰਜਰਡ ਹੋ ਗਿਆ, ਉਹਦੇ ਜੇਬ ਜਿਹੜਾ ਮੋਬਾਈਲ ਸੀ ਉਹ ਵੀ ਟੁੱਟ ਗਿਆ। ਪਰ ਉਹਦੇ 'ਚੋਂ ਸਿਮ ਕੱਢ ਕੇ ਅਸੀਂ ਫਿਰ ਵੈਰੀਫਾਈ ਕੀਤਾ ਹੈਗਾ, ਉਹ ਬਲਵਿੰਦਰ ਸਿੰਘ ਇਲੇਸ ਬਿੰਦਰ ਸਨ ਆਫ ਸ਼ਿੰਦਾ ਸਿੰਘ ਵਾਸੀ ਝੁੱਗੇ ਨਿਆਂਗਾ ਦਾ ਰਹਿਣ ਵਾਲਾ। ਉਹ ਨੈਚੁਰਲੀ ਉਹਨੂੰ ਅਸੀਂ ਜਿਹੜਾ ਹੈਗਾ ਡੀਪਲੀ ਇਹਨੂੰ ਚੈੱਕਅਪ ਕਰਨ ਵਾਸਤੇ ਸਾਡੀ ਜਿਹੜੀ ਫੋਰੈਂਸਿਕ ਦੀ ਟੀਮ ਇੱਥੇ ਆਈ ਹੋਈ ਆ। ਆਵਾਜ਼ ਜਿਹੜੀ ਆ ਉਹ ਬਹੁਤ ਜ਼ਿਆਦਾ ਸੁਣਾਈ ਦਿੱਤੀ ਹੈ ਸ਼ਹਿਰ ਵਾਸੀ, ਬਲਕਿ ਇਹਦੇ ਨਾਲ ਬੜਾ ਪੈਨਿਕ ਜਿਹਾ ਕ੍ਰੀਏਟ ਹੋ ਗਿਆ। ਉਹ ਨੈਚੁਰਲੀ ਹੁੰਦਾ ਹੈਗਾ ਕਿਉਂਕਿ ਮਾਹੌਲ ਦੇ ਮੁਤਾਬਕ ਜਿਹੜਾ ਹੈਗਾ ਲੋਕਾਂ ਨੂੰ ਲੱਗਦਾ ਹੈਗਾ ਵੀ ਬੰਬ ਬਲਾਸਟ ਹੈ, ਪਰ ਅਸੀਂ ਅਜੇ ਇਸ ਬਾਰੇ ਅਸੀਂ ਕੁਛ ਨਹੀਂ ਕਹਿ ਸਕਦੇ। ਪਰ ਜਿੰਨੀ ਕੁ ਪ੍ਰਾਇਮਰੀ ਜਿਹੜੀ ਅਸੀਂ ਕੀਤੀ ਹੈਗੀ ਆ ਉਹਦੇ 'ਚ ਇਹ ਹੈ ਵੀ ਤੇਲ ਦੀ ਟੈਂਕੀ ਹੀ ਬਲਾਸਟ ਹੋਈ ਹੈ, ਉਹਦੇ ਨਾਲ ਹੀ ਉਹਨੂੰ ਅੱਗ ਲੱਗਿਆ, ਕਿਉਂਕਿ ਥੱਲੇ ਉਹਦੇ ਇੰਜਨ ਵਗੈਰਾ ਦੀਆਂ ਗਰਾਰੀਆਂ ਵਗੈਰਾ ਉਹ ਅਜੇ ਫਿਲਹਾਲ ਠੀਕ ਨੇ। ਪਰ ਜਿਹੜੀ ਫੋਰੈਂਸਿਕ ਟੀਮ ਹੈਗੀ ਹੈ ਸਾਡੀ ਉਹ ਆ ਚੁੱਕੀ ਹੈ ਮੌਕੇ ਦੇ ਉੱਤੇ, ਉਹ ਸਾਰਾ ਐਨਾਲਿਸਿਸ ਕਰੇਗੀ। ਸਾਰੇ ਸਰਕਮਸਟਾਂਸਿਸ ਦੇਖਦੇ ਹੋਏ ਅਸੀਂ ਟੈਕਨੀਕਲ ਅਤੇ ਸੈਂਟੀਫਿਕ ਤਰੀਕੇ ਦੇ ਨਾਲ ਇਹਦੀ ਇਨਵੈਸਟੀਗੇਸ਼ਨ ਕਰਕੇ ਫਿਰ ਹੀ ਅਸੀਂ ਤੁਹਾਨੂੰ ਕਲੀਅਰ ਦੱਸ ਪਾਵਾਂਗੇ ਵੀ ਇਹ ਕੀ ਹੈਗਾ। ਨਹੀਂ ਹੋਰ ਨਹੀਂ, ਜਿਹੜੇ ਇਕੱਲਾ ਹੀ ਸੀਗਾ ਅਤੇ ਇਹਦਾ ਨਾਂ ਬਲਵਿੰਦਰ ਸਿੰਘ ਇਲੇਸ ਬਿੰਦਰ ਸਨ ਉਹ ਸ਼ਿੰਦਾ ਸਿੰਘ ਵਾਸੀ ਝੁੱਗੇ ਨਿਆਂਗਾ ਫਿਰੋਜ਼ਪੁਰ ਦਾ ਰਹਿਣ ਵਾਲਾ ਹੈਗਾ। देश विदेश की तमाम खबरों से जुड़े रहने के लिए सब्सक्राइब करें सच कहूं और बेल आइकन प्रेस करके पाएं हर लेटेस्ट अपडेट सबसे पहले।